ਬੱਬੂ ਮਾਨ ਬਾਈ ਵਾਂਗੂ ਮੈਂ ਵੀ ਚਾਦਰਾ ਲਾਇਆ ਸੀਗਾ ਤੇ ਫੋਟੋ ਪਾਈ ਸੀ ਇੱਥੇ ਮੈਂ ਫੋਟੋ ਤੇ ਨਹੀਂ ਪਾਈ ਇਹ ਝੂਠ ਨਾ ਬੋਲੋ ਚਲੋ ਫਿਰ ਸੁਪਨੇ 'ਚ ਵਾਲੀ ਹੁਣ ਤੇਰੀ ਬੁੱਕਲ ਦੇ ਵਿੱਚ ਮਰਨਾ ਓਏ ਹੋਏ ਆਹਾ ਆਹਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਪਿਆਰੇ ਚੈਨਲ ਜਿਹਦਾ ਨਾਮ ਹੈਗਾ ਰੀਅਲ ਡਾਇਰੈਕਸ਼ਨ ਤੇ ਜਿੱਥੇ ਰੈਕਸ਼ਨ ਹਮੇਸ਼ਾ ਰੀਅਲ ਮਿਲਦੇ ਨੇ ਦੋਸਤੋ ਅੱਜ ਅਸੀਂ ਗਾਣਾ ਲੈ ਕੇ ਆਏ ਜੀ ਬੱਬੂ ਮਾਨ ਬਾਈ ਦਾ ਤੇ ਬਹੁਤ ਤੁਹਾਡੇ ਸਬਸਕ੍ਰਾਈਬਰ ਨੇ ਜਿਨ੍ਹਾਂ ਦੇ ਕਮੈਂਟ ਸਾਨੂੰ ਆਏ ਸੀਗੇ ਕਿ ਬੱਬੂ ਮਾਨ ਬਾਈ ਦਾ ਕੋਈ ਨਾ ਕੋਈ ਸੌਂਗ ਰੈਕਸ਼ਨ ਲੈ ਕੇ ਆਓ ਤੇ ਲੋ ਜੀ ਆ ਗਏ ਆ ਜੀ ਕਿ ਬਾਈ ਦਾ ਗਾਣਾ ਲੈ ਕੇ ਬੱਬੂ ਮਾਨ ਜੀ ਦੇ ਫੈਨਸ ਦਾ ਲਗਾਤਾਰ ਸਾਨੂੰ ਰਿਕੁਐਸਟ ਆ ਰਹੀ ਸੀ ਕਿ ਬੱਬੂ ਮਾਨ ਜੀ ਦੇ ਸੌਂਗ ਤੇ ਰਿਐਕਟ ਕਰੋ ਤੇ ਅੱਜ ਅਸੀਂ ਕਰਾਂਗੇ ਬੱਬੂ ਮਾਨ ਜੀ ਦੇ ਸੌਂਗ ਤੇ ਰਿਐਕਟ ਤੇ ਇਹ ਸੌਂਗ ਦਾ ਨਾਮ ਹੈ ਚਿੱਟਾ ਕੁੜਤਾ ਨਾ ਵੀ ਚਿੱਟਾ ਕੁੜਤਾ ਸੌਂਗ ਆਇਆ ਹੈ 3 ਵੀਕ ਪਹਿਲਾਂ ਤੇ ਇਹਦੇ 2.2 ਮਿਲੀਅਨ ਜਿਹੜੇ ਵਿਊਜ਼ ਹੋ ਗਏ ਨੇ ਇਹ ਇਹਨਾਂ ਦੇ ਖੁਦ ਦੇ ਚੈਨਲ ਤੇ ਆਏ ਆ ਬੱਬੂ ਮਾਨ ਜੀ ਦੇ ਤੇ ਅੱਜ ਦੋਸਤੋ ਦੇਖਦੇ ਆ ਬਾਈ ਦਾ ਸੌਂਗ ਕਿੱਦਾਂ ਦਾ ਤੇ ਐਂਡ 'ਚ ਕਰਾਂਗੇ ਸਾਰੀ ਗੱਲਬਾਤ ਜਿਹੜੇ ਨਵੇਂ ਜੁੜੇ ਨੇ ਅੱਜ ਦੋਸਤ ਸਾਡੇ ਨਾਲ ਉਹ ਸਾਡੇ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਸਾਈਡ 'ਤੇ ਇੱਕ ਬੈਲ ਆਉਂਦੀ ਹੋਣੀ ਜੀ ਉਹਨੂੰ ਕਲਿੱਕ ਕਰ ਦੇਣ ਤੇ ਉਹਦੇ ਨਾਲ ਤੁਹਾਡੇ ਕੋਲ ਨੋਟੀਫਿਕੇਸ਼ਨ ਆਉਂਦੀ ਹੋਊਗੀ ਆਓ ਵੀਡੀਓ ਕਰਦੇ ਹਾਂ ਸ਼ੁਰੂ ਚਿੱਟ ਕੁੜਤੇ ਚਾਦਰੇ ਦੀ ਜੇਬ ਤੇ ਤੇਰੀ ਫੋਟੋ ਵਾਲੀ ਚਿੱਟ ਕੁੜਤੇ ਚਾਦਰੇ ਦੀ ਜੇਬ ਤੇ ਤੇਰੀ ਫੋਟੋ ਵਾਲੀ ਕਹਿੰਦੀ ਸੀ ਯਾਦ ਰੱਖੀ ਯਾਦ ਤੇਰੀ ਸੀਨੇ ਦੇ ਨਾਲ ਲਾਲੀ ਓਏ ਹੋਏ ਹੋਏ ਵਾਕੇ ਬੱਬੂ ਮਾਨ ਚਿੱਟ ਕੁੜਤੇ ਚਾਦਰੇ ਦੀ ਜੇਬ ਤੇ ਤੇਰੀ ਫੋਟੋ ਵਾਲੀ ਹੰਨੀ ਵਾਲੀ ਹੰਨੀ ਵਾਲੀ ਚਾਦਰੇ ਦੀ ਜੇਬ ਤੇ ਤੇਰੀ ਫੋਟੋ ਵਾਲੀ ਛੋਟਾ ਨਹੀਂ ਕਰਨਾ ਮੇਰੀ ਵੇਟ ਕਰੀ ਮਾਨਾ ਤੇਰੀ ਬੁੱਕਲ ਦੇ ਵਿੱਚ ਮਰਨਾ ਓਏ ਹੋਏ ਆਹਾ ਬਾਈ ਬਹੁਤ ਸੋਹਣਾ ਪੁਰਾਣੀ ਫੀਲ ਆ ਗਈ ਗਾਣਾ ਸੁਣ ਕੇ ਹਨਾ ਨਹੀਂ ਨਹੀਂ ਅਸਲ ਚ ਕੀ ਆ ਪਹਿਲਾਂ ਬੱਬੂ ਮਾਨ ਬਾਈ ਦੇ ਹੀ ਬੜੇ ਗਾਣੇ ਸੁਣਦੇ ਹੁੰਦੇ ਸੀਗੇ ਫਿਰ ਪਿੱਛੇ ਜੇ ਜਿੱਦਾਂ ਟ੍ਰੈਂਡ ਜਿਹਾ ਚੇਂਜ ਹੋ ਗਿਆ ਇਹ ਉਹ ਗਾਣੇ ਵਿੱਚ ਆ ਗਏ ਨਾ ਹੋਰ ਵੀ ਹਿਪ ਹੌਪ ਜਿਵੇਂ ਚੇਂਜ ਹੋ ਗਿਆ ਪਰ ਬੜੇ ਟਾਈਮ ਬਾਅਦ ਇਹ ਸਾਡੇ ਦੋਸਤਾਂ ਨੇ ਕਮੈਂਟ ਕੀਤੇ ਤੇ ਅਸੀਂ ਗਾਣਾ ਸੁਣਿਆ ਤੇ ਤੁਹਾਡੇ ਨਾਲ ਹੀ ਤੁਹਾਡੇ ਨਾਲ ਹੀ ਗਾਣਾ ਸੁਣ ਲੱਗਾ ਮੈਂ ਤੇ ਬੱਬੂ ਮਾਨ ਦੇ ਪੁਰਾਣੇ ਗਾਣੇ ਜੇ ਸੁਣ ਦਿੰਦੇ ਹਾਂ ਆਪਾਂ ਹਸ਼ਰ ਹਸ਼ਰ ਮੂਵੀ ਕਿਹਨੇ ਨਹੀਂ ਦੇਖੀ ਸਾਰਿਆਂ ਨੇ ਵੇਖੀ ਉਹ ਬਹੁਤ ਚੜੀ ਸੀ ਮੂਵੀ ਹਸ਼ਰ ਦੇ ਗਾਣੇ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਫਿਰ ਸਭ ਤੋਂ ਵਧੀਆ ਗਾਣਾ ਮੈਨੂੰ ਲੱਗਦਾ ਪਿੰਡ ਪਹਿਰਾ ਲੱਗਦਾ ਮਤਲਬ ਕਿ ਬੱਬੂ ਮਾਨ ਕਣਕ ਨੂੰ ਅੱਗ ਲੱਗ ਜਾਊਗੀ ਮਤਲਬ ਸੁਪਰ ਹਿੱਟ ਇੱਕ ਗਾਣਾ ਆਇਆ ਸੀਗਾ ਲਿਮੋਜ਼ੀਨ ਕੀ ਸੀਗਾ ਬਹੁਤ ਵਧੀਆ ਸੌਂਗ ਸੀਗਾ ਮੈਨੂੰ ਦੱਸਿਓ ਕਮੈਂਟ ਕਰਕੇ ਦੋਸਤ ਜਿਹਨਾਂ ਨੂੰ ਇਹ ਯਾਦ ਹੋਵੇ ਗਾਣਾ ਜਦੋਂ ਲਿਮੋਜ਼ੀਨ ਨੂੰ ਟਰੈਕਟਰ ਦੇ ਪਿੱਛੇ ਪਾ ਕੇ ਬਾਈਕ ਖਿੱਚ ਦਿੰਦਾ ਆ ਕਿਹੜਾ ਸੌਂਗ ਸੀਗਾ ਉਹ ਸ਼ਾਇਦ ਉਹੀ ਸੀਗਾ ਕਣਕਾਂ ਨੂੰ ਅੱਗ ਲੱਗ ਜਾਈ ਉਹਦੇ ਵਿੱਚ ਹੀ ਖਿੱਚਦੇ ਨੇ ਮਤਲਬ ਕਾਫੀ ਸੌਂਗ ਸੀਗੇ ਜਿਹੜੇ ਸੁਣਦੇ ਹੁੰਦੇ ਸੀਗੇ ਬਾਈ ਦੇ ਮੂਵੀਆਂ ਵੀ ਆਈਆਂ ਚੜੇ ਸੀਗੇ ਹੁਣ ਆਹ ਸੁਣ ਕੇ ਉਹੀ ਵਾਈਬ ਆ ਗਈ ਕਿ ਉਹ ਗਾਣੇ ਹੈ ਉਦਾਂ ਨੱਚਣਾ ਮਤਲਬ ਵਿਆਹਾਂ 'ਚ ਗਾਣੇ ਲੱਗਣੇ ਤੇ ਅੱਜ ਕੱਲ੍ਹ ਤਾਂ ਮਾਹੌਲ ਥੋੜ੍ਹਾ ਚੇਂਜ ਹੋ ਗਿਆ ਪਹਿਲਾਂ ਤਾਂ ਬੱਬੂ ਮਾਨ ਬਾਈ ਦੇ ਬੜੇ ਗਾਣੇ ਚੱਲਦੇ ਹੁੰਦੇ ਸੀ ਤੇ ਬਾਈ ਦਾ ਉਹੀ ਸਟਾਈਲ ਆ ਜਿੱਦਾਂ ਪਹਿਲਾਂ ਸੀ ਨਾ ਉਹੀ ਅੱਜ ਸਟਾਈਲ ਆ ਬੱਬੂ ਮਾਨ ਬਾਈ ਦਾ ਵੀ ਜਿਹੜੇ ਬੰਦਿਆਂ ਨੇ ਰਿਕੁਐਸਟ ਕੀਤੀ ਜਿਹੜੇ ਮੇਰੇ ਦੋਸਤਾਂ ਨੇ ਰਿਕੁਐਸਟ ਕੀਤੀ ਧੰਨਵਾਦ ਭਾਈ ਪਹਿਲਾਂ ਬਹੁਤ ਬਹੁਤ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਤੇ ਬੱਬੂ ਮਾਨ ਬਾਈ ਦਾ ਸਟਾਈਲ ਯਾਦ ਆ ਗਿਆ ਉਹੀ ਸਟਾਈਲ ਅੱਜ ਵੀ ਆ ਬਾਈ ਦਾ ਚੱਲ ਅੱਗੇ ਸੁਣੀਏ ਕਰੋ ਸ਼ੁਰੂ ਜੀ ਸੱਚ ਹੋ ਜਾਏ ਬਾਕੀ ਮਿੱਤਰੋ ਅੱਲਾ ਬਾਲੀ ਚਿੱਟ ਕੁੜਤੇ ਚਾਦਰੇ ਦੀ ਜੇਬ ਤੇ ਤੇਰੀ ਫੋਟੋ ਵਾਲੀ ਚਿੱਟ ਕੁੜਤੇ ਚਾਦਰੇ ਦੀ ਜੇਬ ਤੇ ਤੇਰੀ ਫੋਟੋ ਵਾਲੀ ਕਹਿੰਦੀ ਸੀ ਯਾਦ ਰੱਖੀ ਯਾਦ ਤੇਰੀ ਸੀਨੇ ਦੇ ਨਾਲ ਲਾਲੀ ਰੋਟੀ ਹੱਥੀ ਅੜੀਏ ਲਾ ਕੇ ਜਿੱਦਣ ਦੀ ਤੁਰ
ਪਾਉਂਦਾ ਖਾਕ ਵੇਲੇ ਲੈ ਆਉਂਦੀ ਸੀ ਰੋਟੀ ਹੱਥੀ ਅੜੀਏ ਲਾ ਕੇ ਜਿੱਦਣ ਦੀ ਤੁਰ ਗਈ ਏ ਦੇਖਿਆ ਨਹੀਂ ਮਨ ਪਾਉਂਦਾ ਖਾ ਕੇ ਸੜ ਜਾਂਦੀ ਹੈ ਤਵੇ ਤੇ ਰੋਟੀ ਬਣਦੀ ਨਹੀਂ ਰੁਮਾਲੀ ਚਿੱਟ ਕੁੜਤੇ ਚਾਦਰੇ ਤੇ ਸੋਹਣੀਏ ਤੇਰੀ ਫੋਟੋ ਵਾਲੀ ਕੁੜਤੇ ਚਾਦਰੇ ਤੇ ਗੱਟੀਏ ਤੇਰੀ ਫੋਟੋ ਮਜਬੂਰ ਜੀ ਹੋ ਗਈ ਏ ਮੈਨੂੰ ਵੇਖ ਕੇ ਨਾ ਆਪਣੀ ਪ੍ਰੀ ਵੈਡਿੰਗ ਦੀ ਯਾਦ ਆ ਗਈ ਉੱਥੇ ਵੀ ਇਵੇਂ ਸੈੱਟ ਲੱਗੇ ਹੋਏ ਸੀ ਉੱਥੇ ਇਦਾਂ ਹੀ ਮੈਂ ਚਾਦਰਾ ਲਾਇਆ ਸੀਗਾ ਤੇ ਇੱਥੇ ਬੱਬੂ ਮਾਨ ਬਾਈ ਵਾਂਗੂ ਮੈਂ ਵੀ ਚਾਦਰਾ ਲਾਇਆ ਸੀਗਾ ਤੇ ਫੋਟੋ ਪਾਈ ਸੀ ਇੱਥੇ ਮੈਂ ਫੋਟੋ ਤੇ ਨਹੀਂ ਪਾਈ ਇਹ ਛੋੜ ਨਾ ਬੋਲੋ ਚਲੋ ਫਿਰ ਸੁਪਨੇ 'ਚ ਵਾਲੀ ਹੋਣੀ ਕਿਤੇ ਚਲੋ ਕੋਈ ਗੱਲ ਨਹੀਂ ਜਾਂ ਫਿਰ ਰਾਹ ਬਦਲ ਗਏ ਤੇਰੇ ਦੀਦੇ ਜੇ ਪੱਕ ਗਏ ਨੇ ਮਾਨਾ ਕਦੋਂ ਪਹਿਣਗੇ ਫੇਰੇ ਛੱਡ ਕੇ ਚੱਲ ਗਈ ਨਾ ਕੁੜੀ ਉਹਨੇ ਯਾਦ ਕਰਦੀ ਪਈ ਮਜਬੂਰ ਜੀ ਹੋ ਗਈ ਏ ਜਾਂ ਫਿਰ ਰਾਹ ਬਦਲ ਗਏ ਤੇਰੇ ਦੀਦੇ ਜੇ ਪੱਕ ਗਏ ਨੇ ਮਾਨਾ ਕਦੋਂ ਪਹਿਣਗੇ ਫੇਰੇ ਜੰਗਲ ਵਿੱਚ ਡੇਰਾ ਏ ਉੱਲੀ ਸਰ ਕੰਡਿਆਂ ਦੀ ਪਾਲੀ ਚਿੱਟ ਕੁੜਤੇ ਚਾਦਰੇ ਦੀ ਜੇਬ ਤੇ ਤੇਰੀ ਫੋਟੋ ਵਾਲੀ ਚਿੱਟ ਕੁੜਤੇ ਚਾਦਰੇ ਤੇ ਬੱਬੂ ਮਾਨ ਸਾਹਿਬ ਨੂੰ ਸਾਰੇ ਲਾਈਕ ਕਰਦੇ ਨੇ ਬੇਸ਼ੱਕ ਅੱਜ ਕੋਈ ਕਿਸੇ ਨੂੰ ਲਾਈਕ ਕਰ ਰਿਹਾ ਕੋਈ ਕਿਸੇ ਨੂੰ ਪਸੰਦ ਕਰ ਰਿਹਾ ਪਹਿਲੀ ਚੀਜ਼ ਇਹ ਆ ਗੋਲਡ ਇਜ਼ ਗੋਲਡ ਹਾਂਜੀ ਕਿਉਂਕਿ ਬੱਬੂ ਮਾਨ ਸਾਹਿਬ ਉਸ ਟਾਈਮ ਦੇ ਗਾ ਰਹੇ ਨੇ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀਗੇ ਉਦੋਂ ਤੋਂ ਉਹਨਾਂ ਨੇ ਗਾਣਾ ਸ਼ੁਰੂ ਕੀਤਾ ਤੇ ਇਦਾਂ ਦੇ ਹਿੱਟ ਸੌਂਗ ਦਿੱਤੇ ਉਹਨਾਂ ਨੇ ਜਿਹੜੇ ਅੱਜ ਵੀ ਵਿਆਹਾਂ 'ਚ ਲੱਗਦੇ ਨੇ ਤੇ ਦਿਲ ਨਾਲ ਜੁੜੇ ਹੋਏ ਸੌਂਗ ਨੇ ਅਸੀਂ ਬੱਬੂ ਮਾਨ ਬਾਈ ਦੀ ਬੜੀ ਰਿਸਪੈਕਟ ਕਰਦੇ ਹਾਂ ਜੀ ਸੀਨੀਅਰ ਬੰਦੇ ਨੇ ਤੇ ਗਾਣੇ ਜ਼ਰੂਰ ਸੁਣਨੇ ਚਾਹੀਦੇ ਬਾਈ ਦੇ ਅੱਜ ਵੀ ਆਉਂਦੇ ਨੇ ਆਪਾਂ ਸੁਣੀਦੇ ਨੇ ਬਟ ਕਾਫੀ ਟਾਈਮ ਹੋ ਗਿਆ ਵਿੱਚੋਂ ਮਿਸ ਵੀ ਰਹੇ ਨੇ ਗਾਣੇ ਨਹੀਂ ਟਾਈਮ ਲੱਗਾ ਬੱਬੂ ਮਾਨ ਬਾਈ ਦਾ ਗਾਣਾ ਸੁਣਿਆ ਕਾਫੀ ਟਾਈਮ ਬਾਅਦ ਸ਼ਾਇਦ ਲਾਸਟ ਸੌਂਗ ਬਾਈ ਦਾ ਇੱਕ ਆਇਆ ਸੀਗਾ ਜਿਪਸੀ ਜਿਪਸੀ ਗਾਣਾ ਸੀਗਾ ਕੋਈ ਗਾਣਾ ਕਾਲੀ ਜਿਪਸੀ ਉਹ ਸੌਂਗ ਸੁਣਿਆ ਸੀਗਾ ਬਹੁਤ ਵਧੀਆ ਸੌਂਗ ਸੀਗਾ ਉਹ ਵੀ ਜੇ ਮੇਰੇ ਕਿਸੇ ਦੋਸਤ ਨੇ ਤੁਹਾਨੂੰ ਪਸੰਦ ਹੋਵੇ ਉਹ ਗਾਣਾ ਤਾਂ ਆਪਾਂ ਉਹ 'ਤੇ ਵੀ ਰਿਵਿਊ ਲੈ ਕੇ ਆਵਾਂਗੇ ਆਪਣੀ ਰਿਐਕਸ਼ਨ ਵੀਡੀਓ ਲੈ ਕੇ ਆਵਾਂਗੇ ਸਾਨੂੰ ਦੱਸਿਓ ਜ਼ਰੂਰ ਅਤੇ ਇਹ ਗਾਣਾ ਬਹੁਤ ਵਧੀਆ ਸੌਂਗ ਆ ਜੀ ਬਹੁਤ ਵਧੀਆ ਚੱਲ ਰਿਹਾ ਸੌਂਗ ਸਾਰੇ ਜਣੇ ਜ਼ਰੂਰ ਦੇਖਿਓ ਅਤੇ ਸਾਡੀ ਵੀਡੀਓ ਨੂੰ ਇੱਦਾਂ ਸਪੋਰਟ ਕਰਦੇ ਰਹੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਦੇ ਰਹੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗ ਰਹੀਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਹਾਂਜੀ ਹਾਂਜੀ ਦੋਸਤੋ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਅੱਜ ਲਈ ਇੰਨਾ ਹੀ ਜੀ ਸਤਿ ਸ਼੍ਰੀ ਅਕਾਲ